ਪਾਵਨ ਸਤਿਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਜੀ ਸਵਾਰੀ ਗੁਰੂ ਸੋਭ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸੋਭ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਸੋਭ ਸਾਧ ਸੰਗਤ ਜੀਓ, ਇਹੋ ਜਿਹਾ ਸਮਾਗਾ ਸਮਾਂ ਬਾਣੀ ਸੁਣਨ ਦਾ, ਬਾਣੀ ਤੇ ਵਿਚਾਰ ਕਰਨ ਦਾ ਸਮਾਂ ਬਹੁਤ ਘੱਟ ਮਿਲਦਾ। ਆਪਾਂ ਗੱਲਾਂ ਬਾਤਾਂ ਤੇ ਘਰਾਂ 'ਚ ਵੀ ਬਹੁਤ ਕਰ ਲੈਂਦੇ ਹਾਂ, ਇੱਥੇ ਇੱਕ ਦੋ ਘੰਟੇ ਦਾ ਸਮਾਂ ਹੁੰਦਾ। ਇਹਦੇ ਵਿੱਚ ਬੜੇ ਸੰਜਮ ਨਾਲ, ਵਿਵੇਕ ਦੇ ਨਾਲ ਗੁਰੂ ਘਰ ਵਿੱਚ ਜਦੋਂ ਤੁਸੀਂ ਆਉਂਦੇ ਉਦੋਂ ਬਾਣੀ ਸੁਣੋ, ਕਥਾ ਸੁਣੋ, ਕੀਰਤਨ ਸੁਣੋ, ਆਪਣੇ ਕੰਨਾਂ ਨਾਲ ਜੋ ਕੁਛ ਸੁਣੋਗੇ ਉਹਦਾ ਜਿੰਦ ਵਿੱਚ ਰਸ ਜਾਊਗਾ। ਉਹ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੀ ਆਤਮਾ ਦਾ ਭਲਾ ਕਰੂਗੀ। ਇਸ ਕਰਕੇ ਸਾਨੂੰ ਸਾਡੇ ਬਜ਼ੁਰਗਾਂ ਨੇ ਇਹ ਅਰਦਾਸਾਂ ਕੀਤੀਆਂ ਨੇ, ਚੌਂਕੀਆਂ ਅਚਲ ਰਹੇ, ਬੂੰਗੇ ਚੱਲਾ ਚੱਲ ਰਹੇ, ਲੱਖੋ ਅਹਿਲਾਤ ਰਹੇ, ਆਪ ਤੇ ਪ੍ਰਸਾਦ ਰਹੇ, ਸੰਗ ਤੇ ਆਬਾਦ ਰਹੇ, ਲਾਗ ਤੇ ਦੀਵਾਨ ਰਹੇ, ਗਾਪ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ ਸਾਚੇ ਪਾਤਸ਼ਾਹ ਕੇ। ਇਹ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਦਰ ਦੀ ਸੰਗਤ ਹੈ, ਅਕਾਲੀ ਬਾਣੀ ਦਾ ਇੱਥੇ ਪ੍ਰਚਾਰ ਹੁੰਦਾ ਹੈ। ਆਵਾਜ਼ ਘੱਟ ਕਰੋ ਥੋੜ੍ਹੀ ਜੀ। ਅਕਾਲੀ ਬਾਣੀ ਦਾ ਪ੍ਰਚਾਰ ਹੁੰਦਾ ਹੈ। ਬਾਣੀ ਉਹ ਹੈ ਜਿਸ ਲਈ ਸਾਨੂੰ ਗੁਰੂ ਰਾਮਦਾਸ ਜੀ ਨੇ ਗਵਾਹੀ ਦਿੱਤੀ ਹੈ, ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਇਹ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਬਾਣੀ ਨੂੰ ਸਤ ਸਤ ਕਰਕੇ ਜਾਣੋ, ਕਰਤਾ ਪੁਰਖ ਆਪ ਸੱਚੇ ਪਾਤਸ਼ਾਹ ਦੇ ਮੂੰਹ ਚੋਂ ਕਢਵਾਈ ਹੈ ਉਸਨੇ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਅਕਾਲ ਪੁਰਖ ਸੱਚੇ ਵਾਹਿਗੁਰੂ ਜੀ ਦੀ ਬਾਣੀ ਹੈ। ਜਿਹੜਾ ਇਸ ਨੂੰ ਅੱਖਾਂ ਨਾਲ ਦੀਦਾਰ ਕਰਕੇ ਜੀਭ ਦੇ ਨਾਲ ਗਾਉਂਦਾ ਹੈ, ਕੰਨਾਂ ਨਾਲ ਸੁਣਦਾ ਹੈ, ਉਸਦੀ ਜਿੰਦ ਵਿੱਚ ਜਾਂਦੀ। ਸੱਚੇ ਵਾਹਿਗੁਰੂ ਦੇ ਦਰ ਤੋਂ ਜੋ ਆਉਂਦੇ ਨੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ, ਉਹ ਪਰਮਾਤਮਾ ਦੀ ਹੁਕਮ ਨਾਲ ਆਉਂਦੇ ਨੇ, ਪਰ ਉਪਕਾਰ ਕਰਕੇ ਚਲੇ ਜਾਂਦੇ ਨੇ। ਤੋ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਗੁਰਮੁਖ ਪਿਆਰਿਆਂ ਨੂੰ ਭਗਤਾਂ ਦਾ ਦਰਜਾ ਦਿੱਤਾ ਹੈ। ਜਿਹੜੇ ਵੀ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਸਿੱਖ ਸੰਸਾਰ ਵਿੱਚ ਆਏ, ਆਪ ਜਪੇ ਅਵਰਾ ਨਾਮ ਜਪਾਵੇ ਦੇ ਮਹਾਂਵਾਕ ਅਨੁਸਾਰ ਉਹਨਾਂ ਨੇ ਬਾਣੀ ਦੀ ਰਾਹੀਂ, ਨਾਮ ਦੀ ਰਾਹੀਂ ਆਪਣੇ ਹਿਰਦੇ ਨੂੰ ਸ਼ੁੱਧ ਕੀਤਾ, ਆਪਣੇ ਹਿਰਦੇ ਵਿੱਚੋਂ ਵਿਕਾਰਾਂ ਦੀ ਮੈਲ ਨੂੰ ਸਾਫ਼ ਕੀਤਾ, ਆਤਮਾ ਨੂੰ ਪਵਿੱਤਰ ਕਰਕੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਮਿਲਾਇਆ, ਉਹਨਾਂ ਨੂੰ ਪਰਮਾਤਮਾ ਦਾ ਪਿਆਰ ਮਿਲਿਆ। ਉਹਨਾਂ ਨੂੰ ਅਸੀਂ ਬ੍ਰਹਮਗਾਰੀ ਕਹਿ ਲਈਏ, ਸੰਤ ਕਹਿ ਲਈਏ, ਮਹਾਤਮਾ ਕਹਿ ਲਈਏ, ਸਾਧੂ ਕਹਿ ਲਈਏ, ਇਹ ਸਾਡੇ 'ਤੇ ਡਿਪੈਂਡੈਂਟ ਹੈ, ਪਰ ਉਹ ਪਰਮਾਤਮਾ ਦੀ ਨਿਗਾਹ ਵਿੱਚ ਪਰਮਾਤਮਾ ਦੇ ਭਗਤ ਹਨ। ਪਰਮਾਤਮਾ ਭਗਤੀ ਨੂੰ ਪਿਆਰ ਕਰਦਾ ਹੈ, ਇਸੇ ਕਰਕੇ ਉਸਦਾ ਨਾਮ ਭਗਤ ਵਤਸਲ ਹੈ। ਤੋ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਕਿ ਪਰਮਾਤਮਾ ਭਗਤਾਂ ਨਾਲ ਪਿਆਰ ਕਰਨ ਵਾਲਾ ਹੋਣ ਕਰਕੇ ਉਹ ਭਗਤਾਂ ਦੀ ਨਹੀਂ ਮੋੜਦਾ, ਉਹ ਪਰਮਾਤਮਾ ਆਪ ਗਵਾਹੀ ਦਿੰਦਾ, ਮੇਰੀ ਬਾਂਦੀ ਭਗਤ ਛਡਾਵੇ,
ਬਾਂਧੇ ਭਗਤ ਨਾ ਛੂਟੇ ਮੋਹੇ, ਏਕ ਸਮੇਂ ਮੋਹ ਕੋ ਗਹਿ ਬਾਂਧੇ ਤੋਫਨ ਮੋਪੇ ਜਵਾਬ ਨਾ ਹੋਏ। ਮੈਂ ਗੁਣ ਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਪਰਮਾਤਮਾ ਆਪ ਕਹਿੰਦਾ ਹੈ ਕਿ ਮੈਂ ਤਾਂ ਸਾਰੀ ਕੁਦਰਤ ਦਾ ਜੀਵਨ ਹਾਂ, ਸੰਸਾਰ ਦਾ ਜੀਵਨ ਹਾਂ, ਪਰ ਮੇਰੀ ਜੀਵਨ ਮੇਰੇ ਦਾਸ। ਜਿਹੜੇ ਪਰਮਾਤਮਾ ਦੇ ਭਗਤ ਹੁੰਦੇ ਨੇ ਉਹਨਾਂ ਲਈ ਅਕਾਲ ਪੁਰਖ ਇੰਨਾ ਉੱਚਾ ਮਰਤਬਾ ਵਰਤਾਉਂਦੇ ਨੇ, ਕਹਿੰਦੇ ਮੇਰੀ ਜੀਵਨ ਮੇਰੇ ਦਾਸ। ਜਿਸ ਤਰ੍ਹਾਂ ਸ਼ੇਖ ਫਰੀਦ ਜੀ ਨੂੰ ਅੱਲਾ ਨੇ ਕਿਹਾ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਪਰਮਾਤਮਾ ਆਪ ਕਹਿੰਦਾ ਦਾਸ ਅਨਨ ਵੇਰੋ ਨਿਜ ਰੂਪ। ਇਹ ਪਰਮਾਤਮਾ ਦੇ ਭਗਤ ਜਿਹੜੇ ਹੁੰਦੇ ਨੇ ਪਰਮਾਤਮਾ ਦਾ ਨਿਜ ਰੂਪ ਹੁੰਦੇ ਨੇ। ਇਹ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਆਉਂਦੇ ਜਿਵੇਂ ਜੇਲ੍ਹ ਦੇ ਵਿੱਚ ਡਾਕਟਰ ਆਉਂਦਾ, ਜਦੋਂ ਜੇਲ੍ਹ ਦੇ ਵਿੱਚ ਡਾਕਟਰ ਆਉਂਦਾ ਦਰਬਾਨ ਉਸਨੂੰ ਸਲੂਟ ਮਾਰ ਕੇ ਅੰਦਰ ਲੈ ਆਉਂਦਾ, ਉਸਨੂੰ ਪੁੱਛਦਾ ਨਹੀਂ ਤੂੰ ਕਿਉਂ ਆਇਆ ਜੇਲ੍ਹ ਦੇ ਵਿੱਚ, ਕਿਸ ਤਰ੍ਹਾਂ ਕਿਹੜੀ ਕਿਹੜਾ ਕੰਮ ਕਰਕੇ ਆਇਆ। ਪਰ ਜਦੋਂ ਡਾਕਟਰ ਜੇਲ੍ਹ ਦੇ ਵਿੱਚ ਜਾ ਕੇ ਮਰੀਜ਼ ਨੂੰ ਦਵਾਈ ਦੇ ਕੇ ਇਲਾਜ ਕਰਕੇ ਵਾਪਸ ਜਾਂਦਾ, ਉਸ ਸਮੇਂ ਵੀ ਉਸਨੂੰ ਦਰਬਾਨ ਨਹੀਂ ਪੁੱਛਦਾ ਕਿ ਤੁਸੀਂ ਕਿਸ ਤਰ੍ਹਾਂ ਆਏ ਤੇ ਕੀ ਕਰਕੇ ਜਾ ਰਹੇ ਹੋ। ਤੋ ਇਹ ਪਰਮਾਤਮਾ ਦੇ ਭਗਤ ਸੰਸਾਰ ਦੇ, ਅਸੀਂ ਸੰਸਾਰ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਪਏ ਹਾਂ, ਸਾਨੂੰ ਸੁੱਖ ਦੇਣ ਲਈ, ਸਾਨੂੰ ਪਰਮਾਤਮਾ ਨਾਲ ਜੋੜਨ ਲਈ, ਸਾਨੂੰ ਜੀਵਨ ਜਾਚ ਦੇਣ ਲਈ ਆਉਂਦੇ ਨੇ। ਇਹ ਜਨਮ ਮਰਨ ਤੋਂ ਰਹਿਤ ਹੁੰਦੇ ਨੇ। ਜਨਮ ਮਰਨ ਦੋਹੁ ਮੈਂ ਨਾਹੀ, ਜਨ ਪਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਜੀ ਦਾਨ ਦੇ ਕੇ ਪਰਮਾਤਮਾ ਦੀ ਬੰਦਗੀ ਆਪ ਵੀ ਕਰਦੇ ਨੇ ਤੇ ਸੰਗਤਾਂ ਨੂੰ ਵੀ ਪਰਮਾਤਮਾ ਦੇ ਚਰਨਾਂ ਨਾਲ ਜੋੜਦੇ ਨੇ। ਜਿਨ੍ਹਾਂ ਮਹਾਂਪੁਰਖਾਂ ਨਾਲ ਤੁਸੀਂ ਅੱਜ ਪਿਆਰ ਕਰ ਰਹੇ ਹੋ, ਨਿੱਘੀ ਯਾਦ ਵਿੱਚ ਜੁੜੇ ਹੋ, ਉਹਨਾਂ ਨੇ ਵੀ ਸਾਰੀ ਜ਼ਿੰਦਗੀ ਪਰਮਾਤਮਾ ਦੀ ਬੰਦਗੀ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਤੁਹਾਨੂੰ ਇਸ ਨਗਰ ਵਿੱਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਲੈ ਕੇ ਆਏ। ਇਹ ਅਕਾਲ ਪੁਰਖ ਦੀ ਬਾਣੀ ਆਤਮਾ ਦੀ ਖੁਰਾਕ ਹੈ। ਆਤਮਾ ਨੂੰ ਖੁਰਾਕ ਨਾ ਮਿਲੇ ਆਤਮਾ ਮਰ ਜਾਂਦੀ ਹੈ, ਤੇ ਮਰੀ ਹੋਈ ਆਤਮਾ ਨੂੰ ਚੁੱਕੀ ਫਿਰਦਾ ਸਰੀਰ ਮ੍ਰਿਤਕ ਦੀ ਮੜੀ ਬਣ ਜਾਂਦਾ ਹੈ। ਤੋ ਮ੍ਰਿਤਕ ਮੜਾ ਸਰੀਰ ਹੈ, ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ। ਜਿਸ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਾ ਹੋਵੇ, ਰਸ ਨਾ ਮਿਲੇ, ਉਹ ਆਤਮਾ ਮਰ ਜਾਂਦੀ ਹੈ, ਤੇ ਮਰੀ ਹੋਈ ਆਤਮਾ ਨੂੰ ਚੁੱਕੀ ਫਿਰਦਾ ਸਰੀਰ ਮ੍ਰਿਤਕ ਦੀ ਮੜੀ ਖਾਉਂਦਾ ਹੈ, ਚਲਦੀ ਫਿਰਦੀ ਕਬਰ। ਕਬੀਰ ਜੀ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਭੈ ਦੁੱਖ, ਜਾ ਕਾ ਵਾਸਾ ਗੋਰ ਮੈਂ, ਸੋ ਕਿਉਂ ਸੋਵੇ ਸੁੱਖ। ਕਬੀਰ ਜੀ ਕਹਿੰਦੇ ਨੇ, ਜਿਨ੍ਹਾਂ ਦਾ ਵਾਸਾ ਗੋਰ ਦੇ ਵਿੱਚ ਹੈ, ਮੜੀ ਦੇ ਵਿੱਚ ਹੈ, ਉਹ ਸੁਖੀ ਕਿਵੇਂ ਸੌ ਸਕਦੇ ਨੇ। ਇੱਕ ਗੋਰ ਉਹ ਹੈ, ਇੱਕ ਕਬਰ ਉਹ ਹੈ ਜਿਹਦੇ ਵਿੱਚ ਆਪਾਂ ਮੁਰਦੇ ਨੂੰ ਪਾਉਂਦੇ ਹਾਂ, ਉਸ ਕਬਰ ਦਾ ਤੇ ਚਲਦੀ ਫਿਰਦੀ ਕਬਰ ਦਾ ਅੰਤਰ ਕਰਦੇ ਨੇ ਕਬੀਰ ਜੀ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਟ ਪਸਾਰ, ਇੱਕ ਦਿਨ ਲੰਮੀਆਂ ਤਾੜ ਕੇ ਸੌ ਜਾਂਦਾ ਹੈ ਬਰੁੱਖ, ਤੇ ਮਿੱਟੀ ਨਾਲ ਮਿੱਟੀ ਹੋ ਜਾਂਦਾ ਹੈ। ਤੇ ਉਹ ਕਬੀਰ ਜੀ ਕਹਿੰਦੇ ਨੇ, ਤੂੰ ਉੱਠ ਕੇ ਪਰਮਾਤਮਾ ਨੂੰ ਕਿਉਂ ਨੀ ਯਾਦ ਕਰਦਾ। ਤੋ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਵੀ ਇੱਕ ਸਾਖੀ ਆਉਂਦੀ, ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆ ਤੇਰਾ ਸਮਾਂ ਆ ਗਿਆ, ਤੇਰਾ ਅੰਤਲਾ ਸਮਾਂ ਆ ਗਿਆ, ਬੰਦਗੀ ਕਰ ਲੈ ਤੇ ਇੱਕ ਦੱਸ ਦੇ
ਕਿ ਤੈਨੂੰ ਕਿਹੋ ਜਿਹਾ ਦਾਗ ਦੇਈਏ। ਮਰਦਾਨੇ ਨੇ ਕਿਹਾ ਜੀ ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਉਸ ਦੇਹੀ ਦਾ ਸਾਖੀ ਜਾਤਾ, ਜਿਸ ਤਰ੍ਹਾਂ ਦਾ ਆਪਦੀ ਮਰਜ਼ੀ ਹੋਵੇ ਦਾਗ ਦਿਓ। ਮਰਦਾਨੇ ਦਾ ਅੰਤ ਲੈਣ ਲਈ, ਪ੍ਰੀਖਿਆ ਲੈਣ ਲਈ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮਰਦਾਨਿਆ ਤੇਰੀ ਮਰਨ ਤੋਂ ਬਾਅਦ ਮੜੀ ਨਾ ਬਣਾ ਦਈਏ, ਤੇਰੀ ਲੋਕ ਪੂਜਾ ਕਰਿਆ ਕਰਨ, ਤੇਰੀ ਲੋਕ ਪੂਜਾ ਕਰਿਆ ਕਰਨ। ਤੋ ਮਰਦਾਨੇ ਦਾ ਜਵਾਬ ਸੀ ਕਿ ਸੱਚੇ ਪਾਤਸ਼ਾਹ ਮੈਂ ਆਪਦੇ ਸ਼ਬਦ ਦੀ ਬਰਕਤ ਨਾਲ ਆਪਣੀ ਸਾਰੀ ਜ਼ਿੰਦਗੀ ਪਰਮਾਤਮਾ ਦੀ ਬੰਦਗੀ ਕੀਤੀ ਹੈ ਅਤੇ ਤੁਸੀਂ ਕਰਵਾਈ, ਤੁਹਾਡੇ ਸ਼ਬਦ ਦੀ ਬਰਕਤ ਨਾਲ ਮੈਂ ਆਪਣੇ ਸਰੀਰ ਦੇ ਵਿੱਚੋਂ ਨਿਕਲਿਆ ਹਾਂ, ਹੁਣ ਮੈਂ ਸਰੀਰ ਦੀ ਮੜੀ ਵਿੱਚੋਂ ਮੈਨੂੰ ਤੁਸੀਂ ਕੱਢ ਕੇ ਅਤੇ ਪੱਥਰਾਂ ਦੀ ਮੜੀ 'ਚ ਕਿਉਂ ਪਾਉਂਦੇ ਹੋ। ਫਿਰ ਮਰਦਾਨੇ ਨੂੰ ਕਿਹਾ ਗੁਰੂ ਨਾਨਕ ਸਾਹਿਬ ਨੇ, ਮਰਦਾਨਿਆਂ ਤੂੰ ਬ੍ਰਹਮ ਪਛਾਤਾ, ਤੂੰ ਬ੍ਰਹਮ ਗਿਆਨੀ ਹੋਇਆ, ਤੋ ਸਾਨੂੰ ਅਕਾਲ ਪੁਰਖ ਸੱਚੇ ਵਾਹਿਗੁਰੂ ਜੀ ਨੇ ਬਾਣੀ ਦਿੱਤੀ ਹੈ ਗੁਰੂ ਦੀ ਰਾਹੀਂ। ਇਹ ਬਾਣੀ ਜੀਭ ਦੇ ਨਾਲ ਜਦੋਂ ਅਸੀਂ ਗਾਉਂਦੇ ਹਾਂ, ਅੱਖਾਂ ਨਾਲ ਦੀਦਾਰ ਕਰਕੇ ਕੰਨਾਂ ਨਾਲ ਸੁਣਦੇ ਹਾਂ ਉਸ ਨਾਦ ਨੂੰ ਜਿਹੜਾ ਅਸੀਂ ਜੀਭ ਨਾਲ ਬੋਲਦੇ, ਇਸ ਦਾ ਰਸ ਜਿੰਦ ਵਿੱਚ ਜਾਂਦਾ। ਫਿਰ ਗੁਰੂ ਸਾਹਿਬ ਗਰੰਟੀ ਦਿੰਦੇ ਨੇ, ਜੋ ਜੀ ਹੋਏ ਸੋ ਗਵੇ, ਮੂੰਹ ਕਾ ਕਹਿਆ ਵਾਓ, ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ। ਤੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਸਾਰੇ ਅਸੀਂ ਪੜ੍ਹੇ ਲਿਖੇ ਹਾਂ ਪੰਜਾਬੀ ਅਤੇ ਖਾਸ ਕਰਕੇ ਪੜ੍ਹੇ ਹਾਂ ਗੁਰਮੁਖੀ। ਤੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਭਾਗਾਂ 'ਚ ਸੈਂਚੀਆਂ ਮਿਲਦੀਆਂ ਨੇ, ਇੱਕ ਸੈਂਚੀ ਨੂੰ ਸੰਤੋਖ ਕੇ ਸਾਫ਼ ਸੁਥਰੀ ਥਾਂ 'ਤੇ ਅਲਮਾਰੀ 'ਚ ਰੱਖ ਦਿਓ, ਦੂਸਰੀ ਤੋਂ ਪਾਠ ਕਰੋ। ਜਦੋਂ ਉਹਦਾ ਪਾਠ ਸੰਪੂਰਨ ਹੋ ਜਾਵੇ ਫਿਰ ਦੂਸਰੀ ਸੈਂਚੀ ਦਾ ਸ਼ੁਰੂ ਕਰੋ, ਇਸ ਤਰ੍ਹਾਂ ਭਾਵੇਂ ਸਾਲ ਵਿੱਚ ਭੋਗ ਪਾਓ। ਤੋ ਇਸ ਤਰ੍ਹਾਂ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਦਰ ਦੀ ਬਾਣੀ ਦਾ ਬਾਣੀ ਦੀ ਸੰਗਤ ਹੁੰਦੀ ਹੈ, ਪਰਮਾਤਮਾ ਦੇ ਭਗਤਾਂ ਦੀ ਸੰਗਤ ਹੁੰਦੀ ਹੈ, ਸਭ ਤੋਂ ਉੱਚੀ ਸੰਗਤ ਹੈ। ਤੋ ਜਦੋਂ ਤੁਸੀਂ ਆਪ ਪਾਠ ਕਰਦੇ ਹੋ ਤੋ ਸਾਲ ਬਾਅਦ ਵੀ ਭੋਗ ਪਾਓ, ਤੁਹਾਨੂੰ ਇੱਕ ਰਜ਼ੇਵਾ ਆਊਗਾ, ਇੱਕ ਤਸੱਲੀ ਹੋਊਗੀ, ਇੱਕ ਗਿਆਨ ਮਿਲੂਗਾ, ਜੀਵਨ ਜਾਂਚ ਮਿਲੂਗੀ ਕਿ ਸਾਨੂੰ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਹੈ ਤੋ ਸਾਨੂੰ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਵੇਕੇ। ਵਿਵੇਕਹੀਨ ਹੋਣ ਦੇ ਕਾਰਨ ਇਹ ਵਿਅਰਥ ਚਲੇ ਜਾਂਦਾ ਹੈ ਜੀਵਨ, ਕੌਡੀਆਂ ਦੇ ਭਾਅ ਤੇ। ਜਿਵੇਂ ਹਿਰਨ ਦੇ ਸਰੀਰ ਵਿੱਚ ਬੜੀ ਮਹਿੰਗੀ ਤੇ ਬੇਸ਼ਕੀਮਤ ਕਸਤੂਰੀ ਹੁੰਦੀ ਹੈ, ਪਰ ਹਿਰਨ ਨੂੰ ਪਤਾ ਨਹੀਂ ਹੁੰਦਾ ਕਿ ਕਸਤੂਰੀ ਮੇਰੇ ਸਰੀਰ ਵਿੱਚ ਹੈ। ਉਸ ਨੂੰ ਸੁਗੰਧੀ ਆਉਂਦੀ ਹੈ, ਉਹ ਤੋਂ ਲੱਭਦਾ ਬਾਹਰ ਝਾੜਾਂ 'ਚ ਮਾਰ ਜਿੰਦਰ ਜਾਂਦਾ, ਸੁਗੰਧੀ ਆਉਂਦੀ ਉਹ ਭੱਜਾ ਫਿਰਦਾ। ਉਹ ਆਪਣੇ ਵੱਲੋਂ ਕਸਤੂਰੀ ਨੂੰ ਲੱਭਦਾ ਪਰ ਕਸਤੂਰੀ ਉਹਦੇ ਸਰੀਰ ਵਿੱਚ ਹੁੰਦੀ, ਉਹਨੂੰ ਪਤਾ ਨਹੀਂ ਹੁੰਦਾ। ਗੁਰੂ ਸਾਹਿਬ ਉਹਦਾ ਦ੍ਰਿਸ਼ਟਾਂਤ ਦਿੰਦੇ ਨੇ, ਜੈਸੇ ਕੁਰੰਕ ਨਹੀਂ ਪਾਇਓ ਭੇਦ, ਤਨ ਸੁਗੰਧ ਢੂੰਡੇ ਪ੍ਰਦੇਸ਼। ਜਿਵੇਂ ਹਿਰਨ ਨੂੰ ਪਤਾ ਨਹੀਂ ਕਸਤੂਰੀ ਸਰੀਰ ਵਿੱਚ ਲੱਭਦਾ ਪ੍ਰਦੇਸ਼ ਵਿੱਚ, ਇਸੇ ਤਰ੍ਹਾਂ ਸਾਡੇ ਪ੍ਰਮਾਤਮਾ ਨੇ ਸਾਡੇ ਹਿਰਦੇ 'ਚ ਆਪਣੀ ਜੋਤ ਰੱਖੀ ਹੈ। ਉਹ ਜੋਤ ਦਾ ਸਾਨੂੰ ਗਿਆਨ ਨਹੀਂ, ਇਸ ਕਰਕੇ ਉਸ ਨੂੰ ਬਾਹਰ ਅਸੀਂ ਬੜੀਆਂ ਵਸਾਣਾਂ 'ਚ ਲੱਭਦੇ ਹਾਂ, ਨਕਲੀ ਗੁਰੂਆਂ ਕੋਲੋਂ ਲੱਭਦੇ ਹਾਂ, ਪਰ ਮਿਲਦਾ ਨਹੀਂ। ਪਰਮਾਤਮਾ ਸਾਡੇ ਅੰਦਰ ਹੈ ਅਤੇ ਜਦੋਂ ਅੰਦਰ ਪਰਮਾਤਮਾ ਨੂੰ ਅਸੀਂ ਪ੍ਰਗਟ ਕਰ ਲੈਂਦੇ ਬਾਣੀ ਅਤੇ ਨਾਮ ਦੀ ਰਾਹੀਂ, ਫਿਰ ਇਹ ਸਰੀਰ ਮੜੀ ਨਹੀਂ ਰਹਿੰਦਾ, ਫਿਰ ਇਹ ਮੰਦਰ ਬਣ ਜਾਂਦਾ ਹੈ। ਫਿਰ ਗੁਰਬਾਣੀ ਦੇ ਵਿੱਚ ਗਵਾਹੀ ਦਿੱਤੀ ਗੁਰੂ ਸਾਹਿਬ ਨੇ, ਹਰਿਮੰਦਰ ਇਹ ਸਰੀਰ ਹੈ, ਜਿਹੜਾ ਬਾਣੀ ਦੇ ਰਸ ਲੈਣ ਵਾਲਾ ਸਰੀਰ ਉਹ ਹਰਿਮੰਦਰ ਬਣ ਜਾਂਦਾ ਹੈ। ਜਿਸ ਤਰ੍ਹਾਂ ਬਬੀਹਾ ਬੱਦਲਾਂ ਦੀ ਕੜੀ ਨੂੰ ਤਰਸਦਾ ਹੈ,
ਬੱਦਲਾਂ ਦੀ ਕਣੀ ਨਾ ਮਿਲੇ, ਉਸ ਨੂੰ ਭਾਵੇਂ ਮਰਨ ਤੋਂ ਬਾਅਦ ਸਮੁੰਦਰ ਪਾਣੀ ਦਾ ਮਿਲ ਜਾਏ। ਇੱਕ ਤਾਂ ਉਹ ਬਬੀਹੇ ਦੀ ਖੁਰਾਕ ਹੈ ਬੱਦਲਾਂ ਦੀ ਕਣੀ, ਉਸ ਨੂੰ ਛੱਪੜਾਂ ਦਾ ਪਾਣੀ, ਟੋਬਿਆਂ ਦਾ ਪਾਣੀ, ਨਹਿਰਾਂ ਦਾ ਪਾਣੀ ਨਹੀਂ ਚੰਗਾ ਲੱਗਦਾ, ਉਹ ਪੀਂਦਾ ਹੀ ਨਹੀਂ, ਮਰ ਜਾਂਦਾ। ਤੂੰ ਬੱਦਲਾਂ ਦੀ ਕਣੀ ਨੂੰ ਲੱਭਦਾ, ਬੱਦਲਾਂ 'ਚ ਹੀ ਉਡਾਰੀਆਂ ਮਾਰਦਾ, ਕਿਉਂਕਿ ਗਿਆਨ ਨਹੀਂ। ਤੂੰ ਗੁਰੂ ਸਾਹਿਬ ਦਸਤਾਨ ਦਿੰਦੇ ਨੇ, ਬਬੀਹਾ ਜਲ ਮੈਂ ਤੇਰਾ ਵਾਸ ਹੈ, ਜਲ ਹੀ ਮਾਹੇ ਫਰਾਹ, ਜਲ ਕੀ ਸਾਰ ਨਾ ਜਾਣੀ ਤਾਂ ਤੂੰ ਕੂਕੜ ਪਾਏ। ਤੈਨੂੰ ਜਲ ਦੀ ਸਾਰ ਨਹੀਂ, ਤੈਨੂੰ ਗਿਆਨ ਨਹੀਂ, ਤੂੰ ਕੂਕਦਾ ਫਿਰਦਾ ਹੈ, ਲੱਭਦਾ ਜਿਹੜੇ ਪਾਣੀ ਪਾਣੀ ਨੂੰ ਤੂੰ ਲੱਭਦਾ, ਉਹਨਾਂ ਉਸੇ ਪਾਣੀ ਤੂੰ ਉਡਾਰੀਆਂ ਮਾਰਦਾ। ਤੂੰ ਇਹੋ ਹੀ ਹਾਲ ਸਾਡਾ ਹੈ, ਪਰਮਾਤਮਾ ਦੀ ਜੋਤ ਸਾਡੇ ਅੰਦਰ ਹੈ, ਗੁਰੂ ਸਾਹਿਬ ਸਾਨੂੰ ਗਿਆਨ ਬਖਸ਼ਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਰਾਹੀਂ, ਉਹਨੂੰ ਅਸੀਂ ਸੁਣਦੇ ਨੇ ਨਾ, ਅਸੀਂ ਪੜ੍ਹਦੇ ਹਾਂ, ਅਖੰਡ ਪਾਠ ਪੈਸੇ ਦੇ ਕੇ ਕਰਵਾਉਂਦੇ ਹਾਂ, ਅਰਦਾਸ ਕਰਵਾ ਲੈਂਦੇ, ਅਰਦਾਸ ਵੀ ਪੈਸੇ ਦੇ ਕੇ ਕਰਵਾਉਂਦੇ ਹਾਂ। ਅਤੇ ਇਹ ਪਾਠ ਦਾ ਮਹਾਤਮ ਪੈਸੇ ਦੇ ਕੇ ਕਦੀ ਨਹੀਂ ਮਿਲਦਾ। ਜਿਹੜਾ ਜੇ ਤੁਸੀਂ ਪ੍ਰਸ਼ਾਦਾ ਛਕੋਗੇ ਤਾਂ ਰਜੇਵਾਂ ਆਉਣਾ, ਭੁੱਖ ਤਾਂ ਮਿਟਣੀ ਜਦੋਂ ਰੱਜ ਕੇ ਪ੍ਰਸ਼ਾਦਾ ਤੁਸੀਂ ਆਪ ਛਕੋਗੇ। ਜੇ ਭਾਈ ਸਾਹਿਬ ਪ੍ਰਸ਼ਾਦਾ ਛਕੀ ਜਾਣ ਤਾਂ ਤੁਹਾਡੀ ਭੁੱਖ ਮਿਟ ਜੇ, ਹੋ ਨਹੀਂ ਸਕਦਾ। ਪਿਆਸ ਤੁਹਾਨੂੰ ਲੱਗੀ ਆ, ਪਾਣੀ ਕੋਈ ਹੋਰ ਪੀ ਜਾਵੇ ਤਾਂ ਉਹ ਪਿਆਸ ਨਹੀਂ ਮਿਟਦੀ। ਅਤੇ ਇਹ ਆਤਮਾ ਦੀ ਖੁਰਾਕ ਹੈ ਬਾਣੀ, ਬਾਣੀ ਦਾ ਰਸ, ਬਾਣੀ ਦਾ ਗਿਆਨ ਆ ਸਾਡੀ ਆਤਮਾ ਨੂੰ ਜਿਉਂਦਾ ਕਰਦਾ ਹੈ। ਤੋ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਨੇ ਕਿ ਜਿਹੜੀ ਆਤਮਾ ਪਰਮ ਪਿਤਾ ਪਰਮਾਤਮਾ ਨੂੰ ਯਾਦ ਨਹੀਂ ਕਰਦੀ, ਉਹ ਇਸ ਧਰਤੀ ਤੇ ਬੋਝ ਬਣੀ ਹੈ, ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ ਹੈ। ਸੋ ਸਾਨੂੰ, ਅਸੀਂ ਦਸਮ ਪਾਤਸ਼ਾਹ ਦੇ ਸਿੱਖ ਹਾਂ, ਸਾਨੂੰ ਦਸਮ ਪਾਤਸ਼ਾਹ ਜੀ ਨੇ 250 ਸਾਲ ਇਸ ਧਰਮ ਨੂੰ ਮੁਕੰਮਲ ਕਰਕੇ, ਆਪਣੇ ਬੱਚਿਆਂ ਦੀਆਂ ਜਾਨਾਂ ਕੁਰਬਾਨ ਕਰਕੇ, ਗੁਰਪਿਤਾ ਦੀ ਸ਼ਹੀਦੀ ਦੇ ਕੇ ਸਾਨੂੰ ਇੱਕ ਧਰਮ ਦਿੱਤਾ ਹੈ, ਖਾਲਸਾ ਧਰਮ। ਉਸ ਧਰਮ ਦੀ ਅਸੀਂ ਕਦਰ ਕਰੀਏ, ਉਸ ਧਰਮ ਦੀ ਜੀਵਨ ਜਾਚ ਸਿੱਖ ਕੇ, ਅੰਮ੍ਰਿਤਧਾਰੀ ਹੋ ਕੇ ਜੀਵਨ ਬਤੀਤ ਕਰੀਏ, ਗੁਰੂ ਸਾਡੀ ਬਾਂਹ ਫੜੂਗਾ। ਜੇ ਅਸੀਂ ਗੁਰੂ ਦੇ ਨਾ ਹੋਏ, ਗੁਰੂ ਸਾਡਾ ਨਹੀਂ ਹੋ ਸਕਦਾ। ਕਦੇ ਭਾਈ ਜੋਗੇ ਨੂੰ ਪੁੱਛਿਆ ਸੀ ਗੁਰੂ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਕਿ ਭਾਈ ਤੂੰ ਸੇਵਾ ਬੜੀ ਕਰਦਾ ਹੈ, ਤੇਰਾ ਕੀ ਨਾਂ ਹੈ? ਤੇ ਉਸਨੇ ਕਿਹਾ, ਜੀ ਮੇਰਾ ਨਾਂ ਗੁਰੂ ਜੋਗਾ। ਤੇ ਗੁਰੂ ਸਾਹਿਬ ਨੇ ਕਿਹਾ, ਗੁਰੂ ਤੇਰੇ ਜੋਗਾ। ਅੱਜ ਸਾਨੂੰ ਗੁਰੂ ਸਾਹਿਬ ਕਦੀ ਨਹੀਂ ਕਹਿੰਦੇ ਗੁਰੂ ਤੇਰੇ ਜੋਗਾ, ਕਿਉਂਕਿ ਅਸੀਂ ਗੁਰੂ ਜੋਗੇ ਆਪ ਨਹੀਂ ਹੋਏ। ਅਸੀਂ ਆਪਣਾ ਮਨ, ਆਪਣਾ ਦਿਲ, ਆਪਣਾ ਸਿਰ ਗੁਰੂ ਸਾਹਿਬ ਨੂੰ ਨਹੀਂ ਸੌਂਪਦੇ। ਅਸੀਂ ਮੱਥਾ ਜ਼ਰੂਰ ਟੇਕਦੇ ਹਾਂ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਲੇਕਿਨ ਗੁਰਬਾਣੀ ਦੀ ਮੰਨਦੇ ਨਹੀਂ। ਸਾਨੂੰ ਜੀਵਨ ਜਾਚ ਹੈ ਸਾਡੀ ਗੁਰਬਾਣੀ, ਗੁਰਬਾਣੀ ਦੇ ਲੜ ਲੱਗ ਕੇ ਆਪਣੇ ਜੀਵਨ ਬਤੀਤ ਕਰਨੇ ਚਾਹੀਦੇ ਨੇ। ਇੱਕ ਸਾਨੂੰ ਜਿਹੜਾ ਖਾਲਸਾ ਧਰਮ ਦਿੱਤਾ ਦਸਮ ਪਾਤਸ਼ਾਹ ਨੇ, ਸਾਨੂੰ ਸੈਂਕੜੇ ਦੀ ਹਜ਼ਾਰਾਂ ਕੁਰਬਾਨੀਆਂ ਕਰਕੇ, ਇੱਕ ਸਦੀ ਕੁਰਬਾਨੀਆਂ ਕੀਤੀਆਂ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਤੱਕ। ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ, ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਦੋਜਹਿਦ ਹੋਈ ਮੁਗਲਾਂ ਨਾਲ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ, ਮਾਤਾ ਗੁਜਰੀ ਜੀ ਠੰਡੇ ਬੁਰਜ ਸ਼ਹੀਦ ਹੋਏ, ਸਾਹਿਬਜ਼ਾਦੇ ਕੋਹ ਕੋਹ ਕੇ ਛੁਰੀਆਂ ਨਾਲ ਮਾਰੇ ਗਏ, ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ। ਇੱਕ ਸਦੀ ਲੱਗੀ ਹੈ ਇਸ ਤੋਂ ਤੱਕ ਪੈਂਡਾ ਤੈਅ ਕਰਦਿਆਂ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਲੈ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ, 1604 ਤੋਂ ਲੈ ਕੇ 1600-1704 ਤੱਕ ਇੱਕ ਸਦੀ ਦਾ ਸਮਾਂ, ਬੜੇ ਜੱਦੋਜਹਿਦ ਦਾ ਸਮਾਂ ਸੀ। ਉਸ ਸਮੇਂ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਇੱਕ ਮੁਕੰਮਲ ਧਰਮ ਬਣਾ ਕੇ ਦਿੱਤਾ। ਉਸ ਧਰਮ ਦੇ ਵਿੱਚ ਪੰਥ ਤੇ ਗ੍ਰੰਥ ਦੇ ਸਪੁਰਦ ਕੀਤਾ ਸਾਨੂੰ, ਪੰਜ ਪਿਆਰੇ ਦਿੱਤੇ ਜਿਨ੍ਹਾਂ ਤੋਂ ਉਹਨਾਂ ਨੇ ਆਮ ਅਰਪਤ ਪਾਨ ਕੀਤਾ,
ਸਾਨੂੰ ਕਰਨ ਲਈ ਹੁਕਮ ਦਿੱਤਾ। ਉਹਨਾਂ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤਪਾਨ ਕਰਕੇ ਚੇਲਾ ਬਣੇ। ਉਹ ਅੰਮ੍ਰਿਤਪਾਨ ਕਰਨ ਵਾਲੇ ਪੰਜਾਂ ਪਿਆਰਿਆਂ ਨੇ ਸਿਰ ਦੇ ਕੇ ਅੰਮ੍ਰਿਤ ਦੀ ਦਾਤ ਲਈ ਸੀ। ਉਹ ਸੀ ਸਿਲੈਕਸ਼ਨ। ਉਹ ਸਿਲੈਕਸ਼ਨ ਜਿਹੜੀ ਸੀ ਅੱਜ ਨੌਕਰੀ ਚ ਬਦਲ ਗਈ। ਅੱਜ ਉਹ ਪੰਜਾਂ ਪਿਆਰਿਆਂ ਦੀ ਥਾਂ ਤੇ ਦਿਹਾੜੀ ਤੇ ਕੰਮ ਕਰਨ ਵਾਲੇ ਗਿਆਨੀ ਲੱਗੇ ਹੋਏ ਨੇ ਤੇ ਲਾਏ ਨੇ ਜਿਹੜੇ ਨਿਗੁਰੇ ਲੋਕ ਨੇ ਬਾਦਲ ਵਰਗੇ। ਜਿਹੜੇ ਲੋਕ ਆਪ ਗੁਰੂ ਵਾਲੇ ਨੇ ਉਹ ਪੰਜਾਂ ਪਿਆਰਿਆਂ ਨੂੰ ਹੁਕਮ ਦੇ ਕੇ ਸੱਚੇ ਸੌਦੇ ਵਾਲੇ ਨੂੰ ਕਲੀਨ ਚਿੱਟ ਦਵਾਉਂਦੇ ਨੇ। ਇੱਥੇ ਸਾਡੀ ਧਰਮ ਦੀ ਦੁਰਗਤ ਹੋ ਰਹੀ। ਦਸਮ ਪਾਤਸ਼ਾਹ ਨੇ ਕਿਹਾ ਸੀ ਆਪਣੇ ਜਾਣ ਤੋਂ ਬਾਅਦ ਕਿ ਮੈਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਤੁਹਾਨੂੰ ਅਕਾਲ ਪੁਰਖ ਨੂੰ ਸੌਂਪ ਕੇ ਜਾ ਰਿਹਾ। ਮੇਰੀ ਆਤਮਾ ਗ੍ਰੰਥ ਵਿੱਚ ਹੋਵੇਗੀ, ਪ੍ਰਾਣ ਪੰਥ ਵਿੱਚ ਹੋਣਗੇ। ਭਾਵ ਮੇਰੀ ਆਤਮਾ ਗੁਰੂ ਗ੍ਰੰਥ ਸਾਹਿਬ ਹੈ। ਜਦੋਂ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਓ, ਜਦੋਂ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਣ ਉਦੋਂ ਪੰਜਾਂ ਸਿੱਖਾਂ ਚੋਂ ਕਰਿਓ। ਤੋ ਪੰਜਾਂ ਸਿੱਖਾਂ ਤੋਂ ਭਾਵ ਸੀ ਜਿਹਨਾਂ ਤੋਂ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਲੈ ਕੇ ਆਪੇ ਗੁਰਚੇਲਾ ਬਣੇ। ਸਾਨੂੰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਣ ਲਈ ਹੁਕਮ ਦਿੱਤੇ। ਅੱਜ ਸੰਗਤ ਚ ਪ੍ਰਸ਼ਾਦ ਜਦੋਂ ਵਰਤਾਈ ਦਾ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਦਿੱਤਾ ਜਾਂਦਾ ਤਾਂ ਗੁਰੂ ਸਾਹਿਬ ਨੂੰ ਭੋਗ ਲੱਗਦਾ। ਉਹ ਪੰਜ ਪਿਆਰੇ ਅੱਜ ਨਗੋਰੇ ਪਰਿਵਾਰ ਦੇ ਨੌਕਰ ਬਣ ਗਏ। ਇੱਥੇ ਸਾਡੇ ਧਰਮ ਦਾ ਨਾਸ਼ ਹੋ ਗਿਆ। ਦਸਮ ਪਾਤਸ਼ਾਹ ਦੀ ਆਤਮਾ ਲੀਰੋ ਲੀਰ ਕਰਨ ਵਾਲੇ ਪਾੜਨ ਵਾਲਿਆਂ ਨੂੰ ਸ਼ਰਨ ਦੇਣ ਵਾਲਾ ਸਾਡਾ ਲੀਡਰ ਬਣ ਗਿਆ, ਜਿਹਦੀ ਵਜ੍ਹਾ ਨਾਲ ਅੱਜ ਅਸੀਂ ਖੁਆਰ ਹੋ ਰਹੇ ਹਾਂ। 100 ਸਾਲ ਹੋ ਚੁੱਕਾ ਜਿਹੜੀ ਗੁਰੂ ਨਾਨਕ ਦੀ ਪਾਤਸ਼ਾਹੀ ਸੀ। ਅਕਾਲ ਤਖ਼ਤ ਉੱਤੇ ਝੂਠੇ ਲੋਕ ਰਾਜ ਕਰਦੇ ਨੇ ਤੇ ਇਸ ਗੁਰੂ ਨਾਨਕ ਦੀ ਸੱਚੀ ਪਾਤਸ਼ਾਹੀ ਚੋਂ ਗਰੀਬ ਸਿੱਖ ਦਾ, ਗਰੀਬ ਬੱਚੇ ਦਾ ਕਦੀ ਭਲਾ ਨਹੀਂ ਹੋਇਆ। 100 ਸਾਲ ਹੋ ਚੁੱਕੇ ਨੇ ਕਮੇਟੀ ਬਣੀ ਨੂੰ। ਕਮੇਟੀ ਇੱਕ ਬੱਚੇ ਦਾ ਨਾਂ ਲੈ ਕੇ ਨਹੀਂ ਕਹਿ ਸਕਦੀ ਕਿ ਅਸੀਂ ਏਡੇ ਵੱਡੇ ਖਜ਼ਾਨੇ ਚੋਂ ਏਡੀ ਵੱਡੀ ਸਰਕਾਰ ਨੇ ਕਿਸੇ ਗਰੀਬ ਬੱਚੇ ਨੂੰ ਪੜ੍ਹਾ ਕੇ DC ਬਣਾਇਆ ਹੋਵੇ, SSP ਬਣਾਇਆ ਹੋਵੇ, ਡਾਕਟਰ ਬਣਾਇਆ ਹੋਵੇ, ਇੰਜੀਨੀਅਰ ਬਣਾਇਆ ਹੋਵੇ, ਜਾਂ ਕਿਸੇ ਇੱਕ ਔਰਤ ਦੀ, ਦੁਖੀ ਔਰਤ ਦੀ ਜਿਹੜੀ ਬਦਕਿਸਮਤੀ ਨੂੰ ਵਿਧਵਾ ਹੋ ਜਾਂਦੀ ਹੈ, ਉਹਦੇ ਕੋਈ ਜਾਇਦਾਦ ਨਹੀਂ ਹੁੰਦੀ, ਉਹਦਾ ਅਸੀਂ ਭਲਾ ਕੀਤਾ ਹੋਵੇ, ਉਹਨੂੰ ਪ੍ਰਸ਼ਾਦਾ ਦਿੱਤਾ ਹੋਵੇ, ਉਹਦੇ ਬੱਚੇ ਪਾਲੇ ਹੋਣ, ਜਾਂ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਵਾਲੇ ਸੇਵਕਾਂ ਨੂੰ ਰਾਤ ਨੂੰ ਕਮਰਾ ਦਿੱਤਾ ਹੋਵੇ, ਜਾਂ ਜਿਹੜੇ ਦੁਖੀ ਨੇ ਜਿਹਨਾਂ ਕੋਲ ਇਲਾਜ ਲਈ ਪੈਸਾ ਨਹੀਂ, ਉਹਨਾਂ ਦਾ ਇਲਾਜ ਗੁਰੂ ਰਾਮਦਾਸ ਜੀ ਦੇ ਹੋਸਪਿਟਲ 'ਚ ਕੀਤਾ ਹੋਵੇ। ਤੇ ਇਹ ਸਾਰਾ ਨਿਜ਼ਾਮ ਜਿਹੜਾ ਵਿਗੜਿਆ ਪਿਆ, ਇਸ ਨੂੰ ਬਚਾਉਣ ਲਈ ਪਹਿਲਾਂ ਆਪ ਤੁਸੀਂ ਆਪਣੇ ਆਪ ਨੂੰ ਸੋਹਣਾ ਬਣਾਓ, ਗੁਰੂ ਦੇ ਲੜ ਲੱਗ ਕੇ ਬੰਦਗੀ ਕਰਕੇ, ਫਿਰ ਉਹ ਦਸਮ ਪਾਤਸ਼ਾਹ ਦੇ ਖਾਲਸਾ ਧਰਮ ਨੂੰ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਓ। ਜਦੋਂ ਵੀ ਸਮਾਂ ਆਵੇ ਵੋਟਾਂ ਬਣਾਓ ਪ੍ਰਬੰਧਕ ਕਮੇਟੀ ਦੀਆਂ, ਖਾਸ ਕਰਕੇ ਬੀਬੀਆਂ ਭੈਣਾਂ ਜਿਵੇਂ ਮਾਈ ਭਾਗੋ ਨੇ ਦੱਸਿਆ ਸੀ ਨਾ ਸਿੱਖਾਂ ਨੂੰ ਕਿ ਧੜਾ ਗੁਰੂ ਵਾਲਾ ਰੱਖੋ, ਧਰਮ ਧਰ ਪਈਏ, ਧਰਮ ਨਾ ਛੋੜੀਏ। ਜਦੋਂ ਤੁਸੀਂ ਗੁਰੂ ਦੇ ਹੋ ਕੇ ਮਰਦੇ ਹੋ ਤੇ ਗੁਰੂ ਬਾਂਹ ਫੜਦਾ, ਜਿਵੇਂ 40 ਮੁਕਤਿਆਂ ਦੀ ਫੜੀ, ਇਹ 40 ਮੁਕਤੇ ਬਦਾਵਾ ਲਿਖ ਕੇ ਲਿਆਏ ਸੀ। ਮਾਈ ਭਾਗੋ ਨੇ ਉਹਨਾਂ ਨੂੰ ਪ੍ਰੇਰਿਆ ਕਿ ਤੁਸੀਂ ਆਪਣਾ ਧੜਾ ਬੰਦ ਕਰੋ, ਖਤਮ ਕਰੋ, ਗੁਰੂ ਦੇ ਚਰਨਾਂ ਨਾਲ ਲੱਗੋ, ਆਪਣੇ ਧੜੇ ਨਹੀਂ ਬਣਾਈ ਦੇ। ਤੋ ਗੁਰੂ ਚਰਨਾਂ ਨਾਲ ਲੱਗ ਕੇ ਉਹਨਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਕੋਈ 20,000, ਕੋਈ 30,000, ਕੋਈ 10,000 ਦੇ ਖਿਤਾਬ ਲੈ। ਤੋ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅੱਜ ਵੀ ਆਪਾਂ ਹਜ਼ੂਰ ਸਾਹਿਬ ਜਾਂਦੇ ਹਾਂ, ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਦੇ ਤੇ ਨਾਲ ਮਾਈ ਭਾਗੋ ਸ਼ੇਰਨੀ ਪੰਜਾਬ ਦੀ ਜਿਹੜੀ ਇਕੱਲੀ ਔਰਤ, ਇਕੱਲੀ ਸਿੱਖ ਬੀਬੀ ਦਸਮ ਪਾਤਸ਼ਾਹ ਦੇ ਨਾਲ ਸ੍ਰੀ ਸਾਹਿਬ ਪਾ ਕੇ ਲੜੀ। ਤੋ ਉਸ ਬੀਬੀ ਦੇ ਵੀ ਅਸੀਂ ਨਾਲ, ਉਹ 24 ਘੰਟੇ ਉੱਥੇ ਅਖੰਡ ਪਾਠ ਹੁੰਦੇ ਰਹਿੰਦੇ ਨੇ।
ਇਸ ਤਰ੍ਹਾਂ ਦਾ ਰੋਲ ਅਦਾ ਕਰੋ। ਆਪਣੀਆਂ ਵੋਟਾਂ ਜ਼ਰੂਰ ਪਾਓ, ਚੰਗੇ ਗੁਰਸਿੱਖਾਂ ਨੂੰ ਪਾਓ, ਆ ਬਾਦਲ ਦਲੀਆਂ ਨੂੰ ਨਾ ਪਾਓ। ਇਹ ਬਾਦਲ ਦਲੀਆਂ ਨੇ ਸਾਡੇ ਧਰਮ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ, ਤੇ ਜੇ ਇੱਕ ਵਜੇ ਤੁਸੀਂ ਹੋਰ ਦੇ ਬੈਠੇ ਤੇ ਸਾਡੇ ਪੱਲੇ ਕੁਛ ਨਹੀਂ ਰਹਿਣਾ। ਗੁਰੂ ਗ੍ਰੰਥ ਸਾਹਿਬ ਨੂੰ ਕਿੰਨੀ ਵਾਰੀ ਪਾੜਿਆ ਗਿਆ, ਕਿੰਨੀ ਵਾਰੀ ਸਾੜਿਆ ਗਿਆ, ਤੇ ਕਿਸੇ ਨੂੰ ਕੋਈ ਸਜ਼ਾ ਨਹੀਂ। ਇਹ ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਪਾੜਨ ਵਾਲੇ ਨੂੰ, ਖਿਲਾਰਨ ਵਾਲੇ ਨੂੰ 3 ਸਾਲ ਪੁਲਿਸ ਛਤਰੀ ਦੇ ਕੇ ਪਾੜਿਆ, ਉਹਦੇ ਖਿਲਾਫ਼ ਕੇਸ ਦਰਜ ਨਹੀਂ ਕੀਤਾ। ਆਪਣੀਆਂ ਵੋਟਾਂ ਤੋਂ ਕੁਰਬਾਨ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੁਸ਼ਮਣਾਂ ਨੂੰ ਇਸ ਘਰ ਚੋਂ ਬਾਹਰ ਕਰਨਾ ਉਹ ਕਰ ਸਕਦੇ ਤਾਂ ਜੇ ਸਾਨੂੰ ਆਪ ਨੂੰ ਗਿਆਨ ਹੋਊਗਾ, ਜੇ ਅਸੀਂ ਆਪ ਗੁਰੂ ਵਾਲੇ ਹੋਵਾਂਗੇ, ਜੇ ਗੁਰੂ ਨਾਲ ਸਾਡੀ ਕਮਿਟਮੈਂਟ ਹੋਊਗੀ, ਫਿਰ ਅਸੀਂ ਗੁਰੂ ਦੇ ਦੁਸ਼ਮਣਾਂ ਨਾਲ ਲੜ ਸਕਦੇ ਹਾਂ। ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਸਾਰੀ ਸੰਗਤ ਨੂੰ ਅਪੀਲ ਕਰਦਾ, ਨਗਰ ਵਾਸੀਆਂ ਨੂੰ, ਕਿ ਖਾਲਸਾ ਧਰਮ ਨੂੰ, ਉਹਦੇ ਸਿਧਾਂਤ ਨੂੰ, ਉਹਦੇ ਸਰਮਾਏ ਨੂੰ ਬਚਾਉਣ ਲਈ ਅੱਗੇ ਆਓ। ਕਦੀ ਸੁਣਿਆ ਸੀ ਤੁਸੀਂ ਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇੱਕ ਹਿਸਟੋਰੀਕਲ ਗੁਰਦੁਆਰੇ ਦੀ ਜ਼ਮੀਨ ਕਿਸੇ ਸਰਕਾਰ ਨੂੰ ਵੇਚੀ ਹੋਵੇ, ਪਰ ਮੱਕੜ ਵੇਚ ਗਿਆ ਇੱਕ ਤੇ ਅੰਬ ਸਾਹਿਬ ਦੀ ਜ਼ਮੀਨ ਵੇਚੀ, ਅੰਬ ਸਾਹਿਬ ਦੀ ਜ਼ਮੀਨ ਹਿਸਟੋਰੀਕਲ ਵੇਚੀ ਸਰਕਾਰ ਨੂੰ, ਸਰਕਾਰ ਨੇ ਪੈਸੇ ਲੈ ਕੇ ਮੀਰ ਆਦਮੀ ਤੋਂ ਉਹਨੂੰ ਆਕਸ਼ਨ ਕਰਵਾਤੀ, ਉੱਥੇ ਅੱਜ ਮਾਹੌਲ ਬਣ ਗਿਆ। ਉੱਥੇ ਨਾਚ ਵੀ ਹੋਣਗੇ, ਗੰਦੇ ਗੰਦੇ ਡਾਂਸ ਵੀ ਚੱਲਣਗੇ, ਸ਼ਰਾਬ ਵੀ ਚੱਲੂ, ਮਾਸ ਵੀ ਚੱਲੂ, ਤੇ ਉਹਦੇ ਨਾਲ ਸਾਡੇ ਇਤਿਹਾਸਕ ਗੁਰਦੁਆਰਾ ਥੱਲੇ ਪਿਛਲੇ ਪਾਸੇ ਰਹਿ ਗਿਆ। ਤੋ ਸਾਡੇ ਇਹ ਲੀਡਰ ਜਿਹੜੇ ਨੇ ਇਹਨੇ ਗੁਰੂ ਘਰ ਦੀਆਂ ਜਾਇਦਾਦਾਂ ਨਿਲਾਮ ਕਰ ਰਹੇ ਨੇ, ਵੇਚ ਰਹੇ ਨੇ, ਆਪਣੇ ਸਵਾਰਥ ਲਈ ਲੀਜ਼ ਤੇ ਲੈ ਰਹੇ ਨੇ। ਤੇ ਕਦੀ ਤੁਸੀਂ ਦੇਖੋ, ਵਾਈਸ ਰਾਏ ਨੇ ਆਪਣਾ ਹਾਊਸ ਵੱਡਾ ਕਰਨ ਲਈ ਇੱਕ ਦੁਆ ਢਾਈ ਸੀ ਆਪਣੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ, ਤੇ ਉਦੋਂ ਮੋਰਚਾ ਲੱਗਾ ਸੀ ਤੇ 4 ਸਿੱਖ ਸ਼ਹੀਦ ਹੋਏ ਸੀ। 4 ਸਿੱਖਾਂ ਦੀ ਸ਼ਹੀਦੀ ਤੋਂ ਬਾਅਦ ਦੁਆਰ ਅੱਜ ਤੱਕ ਉੱਥੇ ਆ, ਹਿਲਾ ਨਹੀਂ ਸਕਿਆ ਕੋਈ। ਮੋਤੀ ਬਾਗ ਦਾ ਗੁਰਦੁਆਰਾ ਸੀ, ਇੱਕ ਇੱਟ ਨਹੀਂ ਛੇੜ ਦਿੱਤੀ ਸਿੱਖਾਂ ਨੇ। ਗੁਰਦੁਆਰੇ ਦਾ ਰਿੰਗ ਰੋਡ ਬਾਹਰ ਜਾਂਦਾ ਉਹ ਵਿੰਗਾ ਹੋ ਗਿਆ, ਯੂ ਟਰਨ ਲੈ ਕੇ ਬਣਿਆ, ਪਰ ਗੁਰਦੁਆਰੇ ਦੀ ਇੱਟ ਨਹੀਂ ਹਿੱਲੀ। ਇੱਥੇ ਪ੍ਰਾਈਮ ਲੋਕੇਸ਼ਨ 'ਚ, ਪ੍ਰਾਈਮ ਸਿਟੀ ਦੇ ਵਿੱਚ ਅਵਤਾਰ ਸਿੰਘ ਮੱਕੜ ਨੇ ਗੁਰੂ ਘਰ ਦੀ ਜ਼ਮੀਨ ਵੇਚੀ ਸਰਕਾਰ ਨੂੰ, ਸਰਕਾਰ ਨੇ ਵੇਚੀ ਆਪਣੇ ਚਹੇਤੇ ਨੂੰ, ਉੱਥੇ ਅੱਜ ਮਾਲ ਬਣਿਆ ਪਿਆ। ਤੋ ਅਸੀਂ ਇੱਕ ਕਲਗੀ ਧਰਨਵਾਸ ਬਣਿਆ ਸੀ ਚੰਡੀਗੜ੍ਹ 'ਚ, ਜਿਹੜੇ ਗਰੀਬ ਲੋਕ PGI ਜਾਂਦੇ ਨੇ ਉਹਨਾਂ ਦਾ ਮਰੀਜ਼ ਜਦੋਂ ਦਾਖਲ ਹੁੰਦਾ ਤੇ ਉਹਨਾਂ ਦੇ ਰਹਿਣ ਨੂੰ ਦਿੱਕਤ ਨਾ ਆਵੇ, ਉਹ ਉੱਥੇ ਰਹਿ ਸਕਣ। ਇੱਕ ਬਣਾਇਆ ਸੀ ਇਸ ਕਰਕੇ ਕਲਗੀ ਧਰਨਵਾਸ ਕੇ ਸਾਡੇ ਬੱਚੇ ਜਿਹੜੇ ਗਰੀਬ ਜਾਂਦੇ ਨੇ ਉਸ ਉੱਥੇ ਪੇਪਰ ਦੇਣ ਜਾਣ ਜਾਂ ਨੌਕਰੀ ਦੇ ਚੱਕਰ ਜਾਣ, ਜਾ ਕੇ ਰਹਿ ਸਕਣ ਗੁਰਦੁਆਰੇ, ਉਹ ਲੰਗਰ ਆ ਜਾਵੇ। ਪਰ ਅੱਜ ਉੱਥੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਦੀ ਪੁਲਿਸ ਫੋਰਸ ਜਿਹੜੀ ਉਹਨੂੰ ਸਿਕਿਉਰਟੀ ਕਰਦੀ ਹੈ, 28 ਕਮਰਿਆਂ 'ਚੋਂ 27 ਕਮਰਿਆਂ 'ਚ ਰਹਿ ਰਹੀ। ਉੱਥੇ ਸਿਗਰਟਾਂ ਪੀਂਦੇ, ਉੱਥੇ ਸ਼ਰਾਬਾਂ ਪੀਂਦੇ, ਤੇ ਕਿਸੇ ਵੀ ਗਰੀਬ ਸਿੱਖ ਨੂੰ ਉੱਥੇ ਕਮਰਾ ਨਹੀਂ ਮਿਲਦਾ। ਇਹ ਜਿਹੜੀਆਂ ਬਦਤਮੀਜ਼ੀਆਂ ਨੇ, ਜਿਹੜੀ ਬਦਮਾਸ਼ੀਆਂ ਨੇ, ਇਹਨਾਂ ਨੂੰ ਤੁਸੀਂ ਕੱਢ ਸਕਦੇ ਹੋ, ਜੜ੍ਹਾਂ ਤੋਂ ਪੁੱਟ ਸਕਦੇ ਹੋ, ਸਿਰਫ ਆਪਣਾ ਇੱਕ ਵੋਟ ਦਾ ਇਸਤੇਮਾਲ ਕਰਕੇ। ਤੁਸੀਂ ਇਹ ਵਿਧਾਨ ਸਭਾ 'ਚ ਵੋਟ ਪਾਉਂਦੇ ਹੋ, ਲੋਕ ਸਭਾ 'ਚ ਪਾਉਂਦੇ ਹੋ, ਪਰ ਤੁਸੀਂ ਪ੍ਰਬੰਧਕ ਕਮੇਟੀ ਵੇਲੇ ਲਾਪਰਵਾਹੀ ਕਰ ਜਾਂਦੇ ਹੋ। ਇਹਦੇ ਵਿੱਚ ਆਪਣੀਆਂ ਵੋਟਾਂ ਬਣਵਾਓ ਤੇ ਪਾਓ ਚੰਗੇ ਸਿੱਖਾਂ ਨੂੰ, ਤਾਂ ਕਿ ਚੇਂਜ ਆਵੇ। ਸੋ ਅਕਾਲ ਪੁਰਖ ਸੱਚੇ ਵੇਗ ਨੂੰ ਕਿਰਪਾ ਕਰੇ, ਇਹੋ ਜਿਹੇ ਮਹਾਤਮਾ, ਇਹੋ ਜਿਹੇ ਮਹਾਂਪੁਰਖ ਸਾਡੇ ਸੰਸਾਰ 'ਚ, ਸਿੱਖ ਸੰਸਾਰ 'ਚ ਆਉਂਦੇ ਰਹਿਣ, ਜਨਮ ਲੈਂਦੇ ਰਹਿਣ, ਆਪਣੀ ਅਵਸਥਾ ਬਣਾਉਣ ਤੋਂ ਬਾਅਦ ਸਾਡੀ ਸਿੱਖ ਸੰਗਤ ਨੂੰ ਨਾਮ ਜਪਾ ਕੇ ਪ੍ਰਮਾਤਮਾ ਦੇ ਲੜ ਲਾ ਕੇ ਇਸ ਦੁਨੀਆਂ ਤੋਂ ਜਾਂਦੇ ਰਹਿਣ। ਅਸੀਂ ਇਹ ਦੁਆ ਕਰਦੇ ਹਾਂ ਅਕਾਲ ਪੁਰਖ ਸੱਚੇ ਵੇਗ ਨੂੰ ਅੱਗੇ ਤੋਂ, ਅਸੀਂ ਦਸਮ ਪਾਤਸ਼ਾਹ ਦੀ ਕੁਰਬਾਨੀਆਂ
ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਮੱਥਾ ਟੇਕ ਕੇ ਇਸ ਖਾਲਸਾ ਧਰਮ ਨੂੰ ਬਚਾਉਣ ਲਈ ਵਚਨਬੱਧ ਹੋਈਏ। ਅਤੇ ਬੀਬੀਆਂ ਭੈਣਾਂ ਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਧਰਮ ਦੇ ਅਸੂਲ ਨੇ, ਤੁਸੀਂ ਲੰਗਰ ਬਣਾਉਣਾ ਹੈ ਤਾਂ ਸੁੱਚ ਰੱਖ ਕੇ ਬਣਾਓ, ਸੁੱਚ ਰੱਖ ਕੇ ਛਕਾਓ, ਕਿਉਂਕਿ ਜਿੱਥੇ ਝੂਠ ਹੈ ਉੱਥੇ ਝੂਠ ਆ, ਜਿੱਥੇ ਸੁੱਚ ਆ ਉੱਥੇ ਸੱਚ ਆ। ਮਨ ਝੂਠੇ ਤਨ ਝੂਠ ਹੈ, ਜੇਵਾ ਝੂਠੀ ਹੋਏ ਮੁੱਖ ਝੂਠੇ, ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ, ਸੁੱਚ ਹੋਵੇ ਤਾਂ ਸੱਚ ਪਾਈਏ। ਜਿਹੜੇ ਝੂਠ ਖਾਂਦੇ ਨੇ ਉਹ ਸ਼ੌਕ ਨਾਲ ਝੂਠ ਬੋਲਦੇ ਰਹਿੰਦੇ ਬਿਨਾਂ ਵਜ੍ਹਾ ਤੋਂ, ਪਰ ਜਿਹੜੇ ਸੁੱਚ ਰੱਖਦੇ ਨੇ ਉਹ ਭਾਵੇਂ ਸਹੀ ਸਿਰ ਦੇਣਾ ਪੈ ਜੇ, ਉਹ ਆਪਣਾ ਝੂਠ ਨਹੀਂ ਬੋਲਦੇ, ਸੱਚ ਪਹਿਰਾ ਦਿੰਦੇ ਨੇ। ਤੇ ਜਿਹੜੇ ਸੁੱਚ ਰੱਖਦੇ ਨੇ ਉਹ ਸੱਚ ਨੂੰ ਪਾ ਲੈਂਦੇ ਨੇ, ਉਹ ਪ੍ਰਮਾਤਮਾ ਉਹਨਾਂ ਦੇ ਹਿਰਦੇ ਚ ਆ ਕੇ ਵੱਸਦਾ, ਕਿਉਂਕਿ ਸੁੱਚੇ ਹਿਰਦੇ ਚ ਹੀ ਸੱਚਾ ਪਾਤਸ਼ਾਹ ਨਿਵਾਸ ਕਰ ਸਕਦਾ। ਸੋ ਬਹੁਤ ਬਹੁਤ ਧੰਨਵਾਦ ਨਗਰ ਵਾਸੀਆਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ, ਮੈਂ ਆਪ ਸਾਹਿਬ ਦੇ ਚਰਨਾਂ ਚ ਹਾਜ਼ਰੀ ਲਵਾ ਪਾਇਆ। ਅਕਾਲ ਪੁਰਖ ਸੱਚੇ ਵਾਹਿਗੁਰੂ ਕਿਰਪਾ ਕਰੇ, ਦਸਮ ਪਾਤਸ਼ਾਹ ਦੇ ਇਹ ਨਿਸ਼ਾਨ ਸਾਹਿਬ ਝੂਲਦੇ ਰਹਿਣ, ਸਿੱਖ ਸੰਗਤਾਂ ਦੀਵਾਨ ਲੱਗਦੇ ਰਹਿਣ, ਸਿੱਖ ਸੰਗਤਾਂ ਦੇ ਸੁਜਾਨ ਆ ਕੇ ਗਾਉਂਦੇ ਰਹਿਣ, ਕਥਾ ਕਰਨ, ਕੀਰਤਨ ਕਰਨ, ਤੁਸੀਂ ਉਹਦਾ ਸਾਰਿਆਂ ਦਾ ਲਾਹਾ ਲਓ, ਤੇ ਗੁਰਦੁਆਰੇ ਆ ਕੇ ਬੜੇ ਸੁੱਖ ਸ਼ਾਂਤੀ ਨਾਲ ਚੁੱਪ ਕਰਕੇ ਚੁੱਪ ਦਾ ਦਾਨ ਬਖਸ਼ ਕੇ ਤੇ ਲਾਹਾ ਲਓ, ਵੱਧ ਤੋਂ ਵੱਧ ਗੁਰਬਾਣੀ ਦਾ ਗਿਆਨ ਹਾਸਲ ਕਰੋ। ਇਹੀ ਗੁਰੂ ਘਰ ਵਿੱਚ ਆਉਣ ਦਾ ਫਾਇਦਾ ਹੈ, ਜਿਵੇਂ ਬੱਦਲਾਂ ਚੋਂ ਪਾਣੀ ਲੱਭਦਾ ਹੈ ਬਬੀਹਾ, ਇਹ ਸੰਗਤ ਦਾ ਸਰੋਵਰ ਹੈ, ਇਹਦੇ ਵਿੱਚੋਂ ਗੁਰਸਿੱਖ ਨਾਮ ਦੀ ਕਣੀ ਲੱਭਦੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਇਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਂਦਾ ਹਾਂ, ਜਿਹੜੇ ਸੰਗਤ ਦੇ ਵਿੱਚ ਆ ਕੇ, ਸੰਗਤ ਦੇ ਸਰੋਵਰ ਚੋਂ ਆ ਕੇ ਪਰਮਾਤਮਾ ਦੇ ਨਾਮ ਦੀ ਕਣੀ ਲੱਭਦੇ ਨੇ। ਮਨ ਬਿਨ ਫਲ ਫਿਰਤ ਉਦਾਸ, ਬੂੰਦ ਜਲ ਕਾਰਨੇ, ਹਰ ਹਾਂ ਤਉ ਹਰ ਜਨ ਮੰਗੇ ਨਾਮ, ਨਾਨਕ ਬਲਹਾਰ ਨੇ। ਜਿਹੜੇ ਪਰਮਾਤਮਾ ਦਾ ਨਾਮ ਮੰਗਦੇ ਨੇ ਸੰਗਤ ਵਿੱਚ ਆ ਕੇ, ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ। ਇਹ ਗੁਰੂ ਨਾਨਕ ਸਾਹਿਬ ਜੀ ਆਪ ਸਾਨੂੰ ਅਸੀਸ ਬਖਸ਼ਦੇ ਨੇ, ਭੁੱਲ ਚੁੱਕ ਲਈ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।